ਭਾਵੇਂ ਸੀ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਵਾਲੇ ਦੋਸ਼ੀ ਆ, ਉਹ ਚੰਦ ਦਿਨਾਂ ਦੇ ਵਿੱਚ ਫੜਕੇ ਲਾਲ ਦੇ ਕਟਹਿਰੇ 'ਚ ਖੜਾ ਕੇ ਸਜਾਵਾਂ ਦਵਾਓਗੇ। ਬਟ ਕੈਪਟਨ ਅਮਰਿੰਦਰ ਸਿੰਘ ਅੱਜ ਬਾਦਲਾਂ ਨੂੰ ਬਚਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ। ਇੱਕ ਪਾਸੇ SIT ਦੀ ਰਿਪੋਰਟ ਦੇ ਵਿੱਚ ਦੋਸ਼ੀ ਬਾਦਲ, ਸੁਖਬੀਰ, ਸੁਮੇਧ ਸੈਣੀ, ਪਰ ਉਹਨਾਂ ਦੀ ਗ੍ਰਿਫਤਾਰੀ ਕੋਈ ਨਹੀਂ। ਇਹ ਕੈਪਟਨ ਅਤੇ ਬਾਦਲ ਦੀ ਆਪਸ ਦੇ ਵਿੱਚ ਸੰਧੀ ਹੈਗੀ ਆ, ਸੋ ਇਹ ਸੰਧੀ ਕਰਕੇ ਅੱਜ ਜਿਹੜੇ ਮੰਤਰੀ ਸਾਹਿਬਾਨ ਉਹਨਾਂ ਨੂੰ ਇੱਦਾਂ ਦੀਆਂ ਸਟੇਟਮੈਂਟਸ ਦੇਣੀਆਂ ਪੈ ਰਹੀਆਂ। ਮੰਤਰੀ ਸਰਕਾਰ ਦਾ ਹੋਵੇ ਤੂੰ ਇਹ ਗੱਲ ਕਰੇ ਵੀ ਉਹਨਾਂ ਨੂੰ ਫੜੋ, ਫੜਨਾ ਕਿਹਨੇ? ਸਰਕਾਰ ਨੇ, ਅਤੇ ਸਰਕਾਰ ਦਾ ਮੰਤਰੀ ਇਹ ਸਟੇਟਮੈਂਟ ਦੇ ਰਿਹਾ। ਇਸ ਕਰਕੇ ਸਾਫ਼ ਤੇ ਸਪੱਸ਼ਟ ਹੈ ਕਿ ਬਾਦਲ ਅਤੇ ਕੈਪਟਨ ਦੀ ਸੰਧੀ ਹੈ। ਜਿੰਨੀ ਦੇਰ ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕੁਰਸੀ ਦੇ ਬਿਰਾਜਮਾਨ ਨੇ, ਉਨੀ ਦੇਰ ਤੱਕ ਬਾਦਲਾਂ ਦਾ ਵਾਲ ਵਿੰਗਾ ਨਹੀਂ ਹੋਣਾ। ਸਰ, ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਪੰਜਾਬ ਭਵਨ ਦੇ ਵਿਧਾਇਕਾਂ ਮੰਤਰੀ ਦੇ ਸੰਸਦ ਦੀ ਮੀਟਿੰਗ ਕੀਤੀ ਸੀਗੀ, ਜਿਹਦੇ ਵਿੱਚ ਰਾਹੁਲ ਗਾਂਧੀ ਪ੍ਰਧਾਨ ਬਣੇ ਰਹਿਣਗੇ ਅਤੇ ਸੁਨੀਲ ਜਾਖੜ ਪੰਜਾਬ ਪ੍ਰਧਾਨ ਬਣਿਆ ਰਹੇਗਾ। ਕੀ ਗੱਲ ਹੋ ਗਈ? ਸੋ ਇਹਨਾਂ ਦੀ ਪਾਰਟੀ ਦਾ ਇੰਟਰਨਲ ਮਸਲਾ ਹੈਗਾ, ਸੁਨੀਲ ਜਾਖੜ ਜੀ ਪ੍ਰਧਾਨ ਬਣੇ ਰਹਿਣ, ਰਾਹੁਲ ਗਾਂਧੀ ਜੀ ਪ੍ਰਧਾਨ ਬਣੇ ਰਹਿਣ। ਬਟ ਪੂਰੇ ਦੇਸ਼ ਦੇ ਅੰਦਰ ਕਾਂਗਰਸ ਅੱਜ ਬਹੁਤ ਬੁਰੀ ਤਰ੍ਹਾਂ ਲੋਕਾਂ ਨੇ ਰਿਜੈਕਟ ਕੀਤਾ ਕਾਂਗਰਸ ਨੂੰ, ਕਾਂਗਰਸ ਦੀਆਂ ਲੋਟੂ ਨੀਤੀਆਂ ਕਾਰਨ ਅੱਜ ਦੇਸ਼ ਦੇ ਵਿੱਚੋਂ ਕਾਂਗਰਸ ਪਾਰਟੀ ਜਿਹੜੀ ਆ ਉਹ ਬਿਲਕੁਲ ਖਤਮ ਹੋਣ ਦੀ ਕਗਾਰ ਤੇ ਚਲੀ ਗਈ। ਸਰ, ਕੈਪਟਨ ਜਿਹੜੀ ਕੱਲ੍ਹ ਬੈਠਕ ਬੁਲਾਈ ਸੀ ਉਹਦੇ ਵਿੱਚ ਨਾ ਹੀ ਨਵਜੋਤ ਸਿੰਘ ਸਿੱਧੂ ਪੁੱਜੇ ਸੀ, ਨਾ ਹੀ ਪ੍ਰਤਾਪ ਬਾਜਵਾ, ਤੇ ਕੋਈ ਸਿੱਧਾ ਲਿੰਕ ਵੀ ਨਹੀਂ ਹੋਇਆ ਸੀ, ਕੋਈ ਜ਼ਿਕਰ ਵੀ ਹੋਇਆ ਸੀ ਮੀਟਿੰਗ ਦੇ? ਕੀ ਕਹਿਣਾ ਚਾਹੋਗੇ? ਕਾਂਗਰਸ ਪਾਰਟੀ ਪਾਟੋ ਧਾਰ ਦਾ ਸ਼ਿਕਾਰ ਹੈਗੀ ਆ, ਕਾਂਗਰਸ ਬਾਜ਼ਾਰ, ਕਾਂਗਰਸ ਸਰਕਾਰ ਪਾਟੋ ਧਾਰ ਦਾ ਸ਼ਿਕਾਰ ਹੈਗੀ ਆ। ਸੱਚ ਬੋਲਣ ਵਾਲੇ ਇਮਾਨਦਾਰ ਲੋਕ ਇੱਕ ਪਾਸੇ ਖੜੇ ਆ, ਜਿਹੜੇ ਬੇਈਮਾਨ ਮਾਫੀਆ ਲੋਟੂ ਲੋਕ ਹੈਗੇ ਆ, ਜਿਹੜਾ ਮਾਫੀਆ 10 ਸਾਲ ਬਾਦਲ ਚਲਾਉਂਦੇ ਰਹੇ, ਉਹੀ ਸੇਮ ਮਾਫੀਆ ਅੱਜ ਕੈਪਟਨ ਦੀ ਜੁੰਡਲੀ ਚਲਾ ਰਹੀ ਹੈ। ਸੋ ਇਹ ਇਮਾਨਦਾਰ ਅਤੇ ਬੇਈਮਾਨ ਧਰੇਬੰਦੀ ਹੋਈ ਹੋਈ ਹੈ ਕਾਂਗਰਸ ਸਰਕਾਰ ਦੇ ਅੰਦਰ ਅਤੇ ਕਾਂਗਰਸ ਪਾਰਟੀ ਦੇ ਅੰਦਰ। ਸਰ, ਸਾਂਸਦ ਔਰ ਮੰਤਰੀ ਦਾ ਕਹਿਣਾ ਕਿ ਪੰਜਾਬ ਵਿੱਚ ਬਿਊਰੋਕਰੇਸੀ ਵੱਧਦੀ ਜਾ ਰਹੀ ਹੈ, ਜਿਸ ਦੇ ਚਲਦੇ ਕੈਪਟਨ ਅਮਰਿੰਦਰ ਸਿੰਘ ਨੂੰ ਸਭੀ ਨੂੰ ਇਸ ਦੀ ਕੰਟਰੋਲ ਕਰਨਾ ਚਾਹੀਦਾ ਤਾਂ ਕਿ ਆਪਣੀ ਮਨਮਰਜ਼ੀ ਨਾ ਕਰ ਪਾਏ। ਪੰਜਾਬ ਦੇ ਅੰਦਰ ਅੱਜ ਅਫਸਰਸ਼ਾਹੀ ਬੇਲਗਾਮ ਹੋਈ ਹੈ, ਕੋਈ ਸ਼ੱਕ ਨਹੀਂ ਹੈਗੀ। ਜਿਹੜੇ ਕਾਂਗਰਸ ਪਾਰਟੀ ਦੇ MP MLA ਅਤੇ ਮੰਤਰੀਆਂ ਨੇ, ਕਾਂਗਰਸ ਦੇ ਲੀਡਰਾਂ ਨੇ ਦੋਸ਼ ਲਾਏ, ਬਿਲਕੁਲ ਸਹੀ ਹੈਗੇ। ਅੱਜ ਲਾਅ ਐਂਡ ਆਰਡਰ ਦਾ ਕੀ ਹਾਲ ਹੈਗਾ? ਜਨਾਜ਼ਾ ਨਿਕਲਿਆ ਹੈ, ਪੁਲਿਸ ਹਿਰਾਸਤਾਂ ਦੇ ਵਿੱਚ ਮੌਤਾਂ ਹੋ ਰਹੀਆਂ, ਪੁਲਿਸ ਜਿਹਨੂੰ ਮਰਜ਼ੀ ਜਾਵੇ ਚੱਕ ਕੇ ਲੈ ਜਾਏ ਯਾਰ, ਕਿਸੇ ਦਫ਼ਤਰ ਦੇ ਵਿੱਚ, ਪਟਵਾਰੀ ਤੋਂ DC ਤੱਕ, ਚੌਂਕੀ ਤੋਂ ਲੈ ਕੇ SSP ਦਫ਼ਤਰ ਤੱਕ, ਅੱਜ ਰਿਸ਼ਵਤਖੋਰੀ ਡਾਂਗ ਦੇ ਨਾਲ ਲਈ ਜਾ ਰਹੀ ਹੈ। ਅੱਜ ਹਰ ਦਫ਼ਤਰ ਦੇ ਵਿੱਚ ਅਫਸਰ ਮਨਮਾਨੀਆਂ ਕਰ ਰਹੇ ਆ। ਸੋ ਇਹ ਸਾਰੀ ਨਾਕਾਮੀ ਕੈਪਟਨ ਅਮਰਿੰਦਰ ਸਿੰਘ ਦੀ, ਜਿਹੜੀ ਪ੍ਰਸ਼ਾਸਨ ਦੇ ਉੱਤੇ ਪਕੜਾ ਬਿਲਕੁਲ ਜ਼ੀਰੋ ਹੈ। ਪਿਛਲੇ 5 ਸਾਲ ਬੀਬੀ ਹਰਸਿਮਰਤ ਕੌਰ ਬਾਦਲ ਦਾ ਇੱਕ ਵੀ ਪੰਜਾਬ ਵਾਸਤੇ ਕੰਮ ਕੋਈ ਮੈਨੂੰ ਬਣਾ ਸਕਦਾ? ਬਾਦਲਾਂ ਨੂੰ ਚਾਹੀਦਾ ਸੀ ਕਿ ਇਸ ਵਾਰ ਵੱਡਾ ਸੈਕਰੀਫਾਈਸ ਕਰਦੇ, ਬਜ਼ਾਰਤ ਨਾ ਲੈਂਦੇ। ਮੋਦੀ ਸਰਕਾਰ ਅੱਗੇ ਜਾ ਕੇ ਕਹਿੰਦਾ ਵੀ ਅਕਾਲੀ ਦਲ ਬਜ਼ਾਰਤ ਦੇ ਵਿੱਚ ਨਹੀਂ ਜਾਏਗਾ। ਕੇਂਦਰ ਸਰਕਾਰ ਪੰਜਾਬ ਦੇ ਸਿਰ ਤੇ ਚੜਿਆ ਹੋਇਆ ਜਿਹੜਾ ਕਿਸਾਨੀ ਦਾ ਕਰਜ਼ਾ, ਕਿਸਾਨਾਂ ਦਾ ਕਰਜ਼ਾ ਮਾਫ ਕਰ ਦੇਵੇ, ਸਾਨੂੰ ਬਜ਼ਾਰਤ ਦੀ ਲੋੜ ਨਹੀਂ। ਹੋ ਸਕਦਾ ਸੀ ਲੋਕ ਇਹਨਾਂ ਨੂੰ ਪ੍ਰਵਾਨ ਕਰਦੇ, ਪਰ ਇਹ ਲਾਲਚੀ ਲੋਕ ਹੈਗੇ ਆ, ਇਹ ਬੜਾ ਲਾਲਚੀ ਪਰਿਵਾਰ ਹੈਗਾ। ਸੋ ਜੇ 5 ਸਾਲ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੁਛ ਨਹੀਂ ਕੀਤਾ, ਜਿਹੜੇ ਲਾਹੌਰ ਵੀ ਬੁੱਧੂ ਆ, ਪਿਸ਼ੌਰ ਵੀ ਬੁੱਧੂ ਆ। ਚਲੋ ਇਹ ਉਹਨਾਂ ਨੂੰ ਮੁਬਾਰਕਬਾਦ ਹੈਗੀ ਆ, ਸੋਮ ਪ੍ਰਕਾਸ਼ ਜੀ ਨੂੰ, ਚੰਗੇ ਪੜ੍ਹੇ ਲਿਖੇ ਇਨਸਾਨ ਹੈਗੇ ਆ, ਵਧੀਆ ਸਟੇਟ ਵਾਸਤੇ ਕੰਮ ਕਰਨ, ਸਾਡੀਆਂ ਸ਼ੁਭ ਇਛਾਵਾਂ ਨੇ।